ਪਰਮ ਸਤਿਕਾਰਯੋਗ ਸਰੋਤਾ ਜਨੋ, ਮੈਂ ਅੱਜ ਆਪ ਜੀ ਦੇ ਸਾਹਮਣੇ ਲਹੂ ਭਿੱਜੇ ਇਤਿਹਾਸ ਵਿੱਚੋਂ ਇੱਕ ਪੰਨਾ ਰੱਖਣ ਜਾ ਰਿਹਾ ਹਾਂ। ਇਹ ਉਸ ਸਮੇਂ ਦਾ ਪੰਨਾ ਹੈ ਜਦੋਂ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਅਤੇ ਉਸ ਵੇਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਮਹੰਤ ਜਿਹੜੇ ਨੇ ਉਹ ਗੁਰਮਰਿਆਦਾ ਦੇ ਉਲਟ ਕਾਰਜ ਕਰ ਰਹੇ ਸਨ। ਸਿੰਘ ਸਭਾ ਲਹਿਰ ਤੇ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚੋਂ ਇਹਨਾਂ ਮਹੰਤਾਂ ਦਾ ਕਬਜ਼ਾ ਜਿਹੜਾ ਉਹ ਹਟਾਇਆ ਗਿਆ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤੋਂ 13 ਮੀਲ ਦੂਰ ਗੁਰੂ ਕੇ ਬਾਗ ਦੇ ਸਥਾਨ ਉੱਤੇ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਹ ਉਹ ਸਥਾਨ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਸੰਬੰਧਿਤ ਸੀ ਤੇ ਮਹੰਤ ਉੱਥੇ ਦੁਰਾਚਾਰ ਫੈਲਾ ਰਹੇ ਸਨ। ਤੋ ਸਿੱਖਾਂ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਕਬਜ਼ੇ ਵਿੱਚੋਂ ਗੁਰੂ ਕੇ ਬਾਗ ਨੂੰ ਛੁਡਵਾਇਆ ਜਾਏ। ਉੱਥੇ ਸ਼ਾਂਤਮਈ ਰੂਪ ਦੇ ਵਿੱਚ, ਅਹਿੰਸਕ ਦੇ ਰੂਪ ਦੇ ਵਿੱਚ ਸਿੱਖ ਜਥੇ ਜਾਣ ਲੱਗੇ। ਅੰਗਰੇਜ਼ ਸਰਕਾਰ ਨੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਸਿੰਘਾਂ ਉੱਤੇ ਡਾਂਗਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਬਹੁਤ ਤਸ਼ੱਦਦ ਹੋਇਆ। ਪੰਡਿਤ ਮਦਨ ਮੋਹਨ ਮਾਲਵੀਆ ਤੇ ਹਿੰਦੁਸਤਾਨ ਦੇ ਹੋਰ ਜਿੰਨੇ ਲੀਡਰ ਸਨ ਉਹਨਾਂ ਨੇ ਹਾ ਦਾ ਨਾਰਾ ਮਾਰਿਆ। ਇਸੇ ਤਰ੍ਹਾਂ ਇੱਕ ਪਾਦਰੀ ਐਂਡਰਿਊ ਜੋ ਉਸ ਸਮੇਂ ਭਾਰਤ ਵਿੱਚ ਸੀ ਤੇ ਉਸਨੇ ਇਹ ਸਥਾਨ ਤੇ ਸਿੱਖਾਂ ਤੇ ਹੁੰਦੇ ਤਸ਼ੱਦਦ ਨੂੰ ਦੇਖਿਆ ਤਾਂ ਉਸਨੇ ਲਿਖਿਆ ਕਿ ਮੈਂ ਇੱਕ ਮਸੀਹ ਬਾਰੇ ਅਸਾਂ ਨੇ ਸੁਣਿਆ ਹੈ, ਉਹਨੂੰ ਦੁੱਖ ਦਿੱਤੇ ਗਏ, ਤਸੀਹੇ ਦਿੱਤੇ ਗਏ, ਪਰ ਇੱਥੇ ਹਜ਼ਾਰਾਂ ਹੀ ਮਸੀਹਾਂ ਨੂੰ ਮੈਂ ਦੁੱਖ ਝੱਲਦੇ ਦੇਖ ਰਿਹਾ ਹਾਂ। ਤੋ ਇਸ ਸਮੇਂ ਜਦੋਂ ਅੰਗਰੇਜ਼ਾਂ ਨੇ ਇੱਥੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਇਹ ਮੋਰਚਾ ਲਗਾਤਾਰ ਚੱਲਦਾ ਰਿਹਾ ਤੇ ਇਸ ਮੋਰਚੇ ਦੇ ਵਿੱਚ 839 ਸਿੰਘ ਸ਼ਹੀਦ ਹੋ ਗਏ ਤੇ ਇਸ ਦੇ ਨਾਲ ਹੀ 5605 ਸਿੰਘ ਉਹ ਗ੍ਰਿਫਤਾਰ ਕੀਤੇ ਗਏ ਤੇ ਉਹਨਾਂ ਵਿੱਚੋਂ ਕਈ ਸਿੰਘਾਂ ਨੂੰ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤੇ ਉਸ ਦੇ ਰਸਤੇ ਦੇ ਵਿੱਚ ਪੰਜਾ ਸਾਹਿਬ ਪੈਂਦਾ ਹੈ। ਇਹ ਉਹ ਗੁਰੂ ਕੇ ਬਾਗ ਦਾ ਮੋਰਚਾ ਤੇ ਪੰਜਾ ਸਾਹਿਬ ਦੀ ਗੱਲ ਮੈਂ ਕਵਿਤਾ ਰਾਹੀਂ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਹਾਂ। ਉਸ ਤੋਂ ਪਹਿਲਾਂ ਸਿੱਖ ਕੌਮ ਦਾ ਜੋ ਮਹਾਨ ਇਤਿਹਾਸ ਹੈ, ਉਹ ਕੁਰਬਾਨੀਆਂ ਦਾ ਇਤਿਹਾਸ ਹੈ, ਇੱਕ ਬੰਦ ਕਹਿ ਰਿਹਾ ਹਾਂ। ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ। ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ। ਲਹੂ ਭਿੱਜਾ ਇਤਿਹਾਸ ਦਾ ਹਰ ਅੱਖਰ ਦੱਸਦਾ ਦਾਸਤਾਂ ਸਾਨੂੰ ਬਲੀਦਾਨੀਆਂ ਦੀ। ਆ ਕਰਨਾ ਪੈਂਦਾ ਏ ਮਰਨ ਕਬੂਲ ਪਹਿਲੋਂ ਤੇ ਗੱਲ ਤੁਰਦੀ ਏ ਫੇਰ ਜ਼ਿੰਦਗਾਨੀਆਂ ਦੀ। ਉਹ ਸਾਨੂੰ ਮੌਤ ਮਰ ਜਾਣੀ ਨੇ ਕੀ ਕਹਿਣਾ, ਅਸੀਂ ਅੰਸਰ ਵੰਸ਼ ਦੇ ਦਾਨੀਆਂ ਦੀ। ਸਾਨੂੰ ਮੌਤ ਮਰ ਜਾਣੀ ਨੇ ਕੀ ਕਹਿਣਾ, ਅਸੀਂ ਅੰਸ ਸਰਬੰਸ ਦੇ ਦਾਨੀਆਂ ਦੀ।
ਆਓ ਦਰਸ਼ਨ ਕਰੀਏ। ਸਾਲ 1922 ਦੇ ਸਮੇਂ ਅੰਦਰ ਮੋਰਚਾ ਗੁਰੂ ਕੇ ਬਾਗ ਦਾ ਛਾ ਰਿਹਾ ਸੀ। ਕੈਦ ਕਰ ਕਰਕੇ ਸਿੰਘਾਂ ਸੂਰਿਆਂ ਨੂੰ ਵਿੱਚ ਜੇਲ੍ਹਾਂ ਦੇ ਸੁੱਟਿਆ ਜਾ ਰਿਹਾ ਸੀ। ਰੇਲ ਗੱਡੀ ਦੇ ਰਾਹੀਂ ਅਕਾਲੀਆਂ ਨੂੰ ਅਟਕ ਜੇਲ੍ਹ ਵੱਲ ਭੇਜਿਆ ਜਾ ਰਿਹਾ ਸੀ ਤੇ ਬੜੀ ਤੇਜ਼ੀ ਨਾਲ ਸਿੰਘਾਂ ਨੂੰ ਲੈ ਕੇ ਤੇ ਇੰਜਨ ਅਟਕ ਵੱਲ ਵਧਦਾ ਜਾ ਰਿਹਾ ਸੀ। ਬੜੀ ਤੇਜ਼ੀ ਨਾਲ ਸਿੰਘਾਂ ਨੂੰ ਲੈ ਕੇ ਤੇ ਇੰਜਨ ਅਟਕ ਵੱਲ ਵਧਦਾ ਜਾ ਰਿਹਾ ਸੀ। ਤੋ ਭੁੱਖਣ ਭਾਣੇ ਹੀ ਸਿੰਘ ਇਹ ਰੇਲ ਰਾਹੀਂ ਭੁੱਖਣ ਭਾਣੇ ਹੀ ਸਿੰਘ ਇਹ ਰੇਲ ਰਾਹੀਂ ਗੱਲਾਂ ਗੁਰੂ ਦੀਆਂ ਕਰਦੇ ਜਾ ਰਹੇ ਸੀ। ਪੰਜਾ ਸਾਹਿਬ ਦੇ ਸਿੰਘਾਂ ਨੂੰ ਪਤਾ ਲੱਗਾ ਸੇਵਾ ਜਥੇ ਦੀ ਕਰਨੀ ਉਹ ਚਾਹ ਰਹੇ ਸੀ। ਗੱਡੀ ਰੋਕਣ ਲਈ ਹਸਲ ਅਬਦਾਲ ਵਿਖੇ ਸਿੰਘ ਸੋਚਾਂ ਦੇ ਘੋੜੇ ਦੌੜਾ ਰਹੇ ਸੀ। ਸਟੇਸ਼ਨ ਮਾਸਟਰ ਨੂੰ ਜਾ ਕੇ ਅਰਜ਼ ਕੀਤੀ ਪੂਰੀ ਆਪਣੀ ਵਾਹ ਉਹ ਲਾ ਰਹੇ ਸੀ। ਸਟੇਸ਼ਨ ਮਾਸਟਰ ਨੂੰ ਜਾ ਕੇ ਅਰਜ਼ ਕੀਤੀ ਪੂਰੀ ਵਾਹ ਉਹ ਆਪਣੀ ਲਾ ਰਹੇ ਸੀ। ਗੱਡੀ ਰੋਕਣ ਦਾ ਨਹੀਂ ਸੀ ਹੁਕਮ ਉੱਥੇ ਸਿੰਘ ਸੋਚਾਂ ਦੇ ਵਿੱਚ ਤਦ ਪੈ ਗਏ ਸਨ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਰੇਲ ਲਾਈਨ ਦੇ ਉੱਪਰ ਬਹਿ ਗਏ ਸਨ। ਜਾਚਕ ਹੋਰ ਵੀ ਸਿਦਕੀ ਸਿੰਘ ਸੂਰੇ ਇਸ ਨੂੰ ਰੋਕਣ ਲਈ ਲੰਮੇ ਪੈ ਗਏ ਸਨ। ਗੱਡੀ ਆਈ ਤੇ ਇੰਜਨ ਨੇ ਚੀਕ ਮਾਰੀ ਪਰਸ਼ੇ ਸਿੰਘਾਂ ਦੇ ਉੱਥੇ ਲੈ ਗਏ ਸਨ। ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਸ਼ਹੀਦੀ ਪਾ ਕੇ ਇੰਜਨ ਅਟਕਾ ਦਿੱਤਾ। ਗੁਰੂ ਨਾਨਕ ਨੇ ਸਿੰਘਾਂ ਦੇ ਰੂਪ ਅੰਦਰ ਚੱਲਦੀ ਗੱਡੀ ਨੂੰ ਪੰਜਾ ਸੀ ਲਾ ਦਿੱਤਾ। ਤੇ ਰਲ ਮਿਲ ਕੇ ਸਭ ਨੇ ਉਦੋਂ ਜਾਚਕ ਭੁੱਖੇ ਸਿੰਘਾਂ ਨੂੰ ਲੰਗਰ ਛਕਾ ਦਿੱਤਾ। ਜਗਦੀ ਜੋਤ ਸ਼ਹੀਦੀ ਦੀ ਰੱਖਣੇ ਲਈ ਤੇਲ ਆਪਣੇ ਲਹੂ ਦਾ ਪਾ ਦਿੱਤਾ। ਤੇਲ ਆਪਣੇ ਲਹੂ ਦਾ ਪਾ ਦਿੱਤਾ।